ਜਿਵੇਂ ਬੱਚੇ ਵੈਲਕਮ ਟੂ ਚੇਤਨ ਭਾਰਤ ਲਰਨਿੰਗ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਨੇ ਪਿੱਛੇ ਦੇ ਪ੍ਰਿੰਸੀਪਲ ਦੀਆਂ 119 ਪੋਸਟ ਲਈ ਵੈਕੈਂਸੀਸ ਰਿਲੀਜ਼ ਕੀਤੀਆਂ ਸੀਗੀਆਂ ਲਾਸਟ ਡੇਟ ਤਾਂ ਇਸ ਐਗਜ਼ਾਮ ਦੀ ਜਾ ਚੁੱਕੀ ਹੈ ਯੂ ਵੇਰ ਸੁਪੋਜ਼ ਟੂ ਅਪਲਾਈ ਫਾਰ ਥਿਸ ਪੋਸਟ ਬਾਈ 20th ਆਫ ਸੈਪਟੈਂਬਰ 20 ਸੈਪਟੈਂਬਰ ਲਾਸਟ ਡੇਟ ਸੀ ਫਾਰਮ ਸਬਮਿਟ ਕਰਵਾਉਣ ਦੀ ਫੀਸ ਦੀ ਹਜੇ ਡੇਟ ਹੈਗੀ ਹੈ 27 ਸਤੰਬਰ ਤੱਕ ਆ ਤਾਂ ਇਸ ਪੋਸਟ ਦੇ ਕੰਟੈਕਸਟ ਵਿੱਚ ਬੇਸਿਕ ਜਿਹੜੀਆਂ एलिਜੀਬਿਲਟੀ ਕੰਡੀਸ਼ਨ ਹੈ ਹਾਪ ਤੁਸੀਂ ਅਪਲਾਈ ਕਰਤਾ ਹੋਣਾ ਇਸ ਪੋਸਟ ਲਈ ਬੇਸਿਕ ਜਿਹੜੀ एलिਜੀਬਿਲਟੀ ਕੰਡੀਸ਼ਨ ਸੀ ਕਾ ਮਾਸਟਰਸ ਹੋਣੀ ਚਾਹੀਦੀ ਹੈ ਦੂਸਰੀ ਬੀਐਡ ਹੋਣੀ ਚਾਹੀਦੀ ਹੈ ਅਲੋਂਗ ਵਿਦ दैट 3 ਸਾਲ ਦਾ ਟੀਚਿੰਗ ਐਕਸਪੀਰੀਅੰਸ ਹੋਣਾ ਚਾਹੀਦਾ ਗਵਰਨਮੈਂਟ ਸਕੂਲ ਚ ਹੁਣ ਗੱਲ ਕਰਦੇ ਹਾਂ ਇਸ ਪੇਪਰ ਦੇ ਕਾਫੀ ਕਾਲਸ ਵਗੈਰਾ ਆ ਰਹੇ ਸੀ ਕਿ ਅਸੀਂ ਇਹਦੀ ਤਿਆਰੀ ਕਰਵਾਵਾਂਗੇ ਜਾਂ ਕੀ ਇਹਦਾ ਸਿਲੇਬਸ ਵਗੈਰਾ ਹੋਊਗਾ ਜਿਹੜੀ ਐਡਵਰਟਾਈਜ਼ਮੈਂਟ ਉਹਨਾਂ ਨੇ ਰਿਲੀਜ਼ ਕੀਤੀ ਸੀ ਪੀਪੀਐਸਸੀ ਵਾਲਿਆਂ ਨੇ ਉਹਨਾਂ ਨੇ ਹਜੇ ਸਿਲੇਬਸ ਅਪਲੋਡ ਨਹੀਂ ਕੀਤਾ ਸੀਗਾ ਇਹ ਕਿਹਾ ਕਿ ਫਿਊਚਰ 'ਚ ਤੁਹਾਨੂੰ ਦੱਸ ਦਿੱਤਾ ਜਾਊਗਾ ਬਟ ਪਿਛਲੇ ਸਾਲ ਦੀ ਜਿਹੜੀ ਨੋਟੀਫਿਕੇਸ਼ਨ ਸੀ ਪ੍ਰਿੰਸੀਪਲ ਦੇ ਹੀ ਐਗਜ਼ਾਮ ਲਈ ਜਿਹੜੀ ਨੋਟੀਫਿਕੇਸ਼ਨ ਥੀ ਉਹਦੇ ਸਿਲੇਬਸ ਤੋਂ ਆਪਾਂ ਥੋੜਾ ਜਿਹਾ ਜੇ ਆਈਡੀਆ ਲਗਾ ਸਕਦੇ ਹਾਂ ਕਿ ਕੀ ਸਿਲੇਬਸ ਰਹੂਗਾ ਇਸ ਵਾਰ ਦੇ ਐਗਜ਼ਾਮ ਲਈ ਵੀ ਥੋੜਾ ਬਹੁਤ ਉੱਪਰ ਥੱਲੇ ਡੈਫੀਨਿਟ हो सकता बट ऑन द बेसिस ऑफ पिछले साल दी नोटिफिकेशन एक बार ही अपन डिस्कस कर लेने कि की सिलेबस है बिल्कुल जमे ਤੁਹਾਡਾ ਨੈਬ ਤਹਿਸੀਲਦਾਰ ਦਾ ਪੈਟਰਨ ਹੈ ਉਸੇ ਹੀ ਪੈਟਰਨ ਤੇ एग्जाम ਹੈ ਉਹੀ ਸਿਲੇਬਸ ਸਿਮILAR ਦਾ ਸਿਲੇਬਸ ਹੋਣਾ ਹੈ ਮੈਂਸ਼ਨ ਕੀਤਾ ਹੈ ਲੌਜੀਕਲ ਰੀਜ਼ਨਿੰਗ ਐਂਡ ਮੈਂਟਲ ਐਬਿਲਿਟੀ ਦੇ 40 ਕੁਐਸ਼ਨਸ 2.5 ਮਾਰਕਸ ਦੇ ਕੁਐਸ਼ਨ ਹੈ 100 ਮਾਰਕਸ ਹੋ ਗਏ ਐਂਡ ਕਰੰਟ ਅਫੇਅਰਸ ਐਂਡ ਜੀਕੇ ਰਿਲੇਟਡ ਆਪਕੇ 80 ਕੁਐਸ਼ਨਸ ਹੈ ਐਂਡ 2.5 ਮਾਰਕਸ ਦਾ अगेन ਕੁਐਸ਼ਨ ਹੈ 200 ਮਾਰਕਸ ਹੋ ਗਏ ਟੋਟਲ 300 ਤਾਂ ਤਾਂ ਰਿਟਨ ਪੇਪਰ ਹੈਗਾ ਰਿਟਨ ਮਤਲਬ ਆਬਜੈਕਟਿਵ ਟਾਈਪ MCQ ਬੇਸਡ ਪੇਪਰ ਹੈਗਾ ਤਾਂ ਜਿਹੜਾ ਨੈਬ ਤਸੀਲਦਾਲ ਦਾ ਪੈਟਰਨ ਹੈ ਸਿਮਿਲਰ ਜਿਹਾ ਪੈਟਰਨ ਹੀ ਉਹਨਾਂ ਨੇ ਪਹਿਲਾਂ ਪਿਛਲੇ ਸਾਲ ਪ੍ਰਿੰਸੀਪਲ ਦੀ ਪੋਸਟ ਲਈ ਰਿਲੀਜ਼ ਕੀਤਾ ਸੀਗਾ ਐਂਡ ਇਸ ਸਾਲ ਵੀ ਐਕਸਪੈਕਟਡ ਹੈ ਕਿ ਸਿਮਿਲਰ ਜਿਹਾ ਪੈਟਰਨ ਹੋ ਪ੍ਰਿੰਸੀਪਲ ਦੀ ਪੋਸਟ ਲਈ ਰਿਲੀਜ਼ ਕਰਨਗੇ ਬਟ ਥੋੜਾ ਬਹੁਤ ਉਪਰ-ਥਲੇ ਸਿਲੇਬਸ ਤੇ ਡੈਫੀਨਿਟਲੀ ਹੋ ਸਕਦਾ ਜਦੋਂ ਕਮਿਸ਼ਨ ਵੱਲੋਂ ਇਨਫਰਮੇਸ਼ਨ ਆਥੈਂਟਿਕ ਇਨਫਰਮੇਸ਼ਨ ਰਿਸਿਵ ਹੋ ਜੂਗੀ ਵਿਲ ਨੋਟੀਫਾਈ ਯੂ ਫਰਦਰ ਹੁਣ ਬੱਚੇ ਪੁੱਛ ਰਹੇ ਆ ਕਿ ਕੀ ਇਹਦੇ ਲਈ ਅਸੀਂ ਕੋਈ ਸੈਪਰੇਟ ਕੋਰਸ ਵਗੈਰਾ ਸਟਾਰਟ ਕਰ ਰਹੇ ਹਾਂ ਪ੍ਰਿੰਸੀਪਲ ਦੇ ਪੋਸਟ ਲਈ ਬੱਚੇ ਕੋਈ ਸੈਪਰੇਟ ਕੋਰਸ ਨਹੀਂ ਸਟਾਰਟ ਹੋ ਰਿਹਾ ਬਟ ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਜਿਹੜਾ ਸਿਲੇਬਸ ਹੈ ਜਾਂ ਪੈਟਰਨ ਆਫ ਦਿ ਐਗਜ਼ਾਮ ਹੈ ਐਂਡ ਕੰਡਕਟਿੰਗ ਅਥਾਰਟੀ ਹੈ ਉਹ ਨੈਬ ਤਹਿਸੀਲਦਾਰ ਦੇ ਐਗਜ਼ਾਮ ਨਾਲ ਬਿਲਕੁਲ ਸੇਮ ਹੈ ਪੀਪੀਐਸਸੀ ਨਹੀਂ ਉਹ ਪੇਪਰ ਲੈਣਾ ਪੀਪੀਐਸਸੀ ਨਹੀਂ ਪ੍ਰਿੰਸੀਪਲ ਦਾ ਪੇਪਰ ਲੈਣਾ ਹੈ ਪੈਟਰਨ ਵੀ ਆਪਾਂ ਦੇਖਿਆ 40 80 ਕੁਐਸਚਨਸ 40 80 ਕੁਐਸਚਨਸ ਸੇਮ ਪੈਟਰਨ ਹੈ ਸਿਲੇਬਸ ਵੀ ਲੌਜੀਕਲ ਰੀਜ਼ਨਿੰਗ ਮੈਂਟਲ ਅਬਿਲਿਟੀ ਜੀਕੇ ਕਰੰਟ ਅਫੇਅਰਸ ਆਵਲਾ ਸਿਲੇਬਸ ਹੈ ਤਾ ਸੈਪਰੇਟ ਕੋਰਸ ਪ੍ਰਿੰਸੀਪਲ ਦੇ ਪੋਸਟ ਲਈ ਅਸੀਂ ਨਈਂ ਸਟਾਰਟ ਕਰ ਰਹੇ ਹਾਂ ਬਟ ਜੇ ਬੱਚਿਆਂ ਨੂੰ ਠੀਕ ਲੱਗਦਾ ਤਾਂ ਤਾਂ ਸਾਡਾ ਜਿਹੜਾ ਨੈਬ ਤਹਿਸੀਲਦਾਰ ਦਾ ਕੋਰਸ ਆਲਰੇਡੀ ਚੱਲ ਰਿਹਾ ਹੈ ਇਸ ਕੋਰਸ ਚ ਬੱਚੇ ਐਨਰੋਲ ਕਰ ਸਕਦੇ ਆ ਟੋਟਲ 5000 ਦੀ ਕੋਸਟ ਹੈ GST include karke 5900 da hai complete package tonu cost karuga ta if you want you can enroll in this course and this course will be beneficial for the for those students also who want to appear for the uh, principal wala exam honest ke course include ki hunda GK दी कॉम्प्रिहेंसिव कवरेज है हिस्ट्री पॉलिटी इकोनॉमी ज्योग्राफी साइंस दे थ्योरी वाले लेक्चरस है ਤੁਹਾਨੂੰ PDF ਚ ਨੋਟਸ ਪ੍ਰੋਵਾਈਡ ਕੀਤੇ ਜਾਣਗੇ ਪਲੱਸ MCQਸ ਹੈ ਕੁਝ 2000 ਦੇ ਅਰਾਊਂਡ MCQਸ ਐ ਟੈਸਟ ਵਗੈਰਾ ਸਟ ਇਨਕਲੂਡਡ ਹੈ ਰਿਵੀਜ਼ਨ ਥਰੂ MCQਸ ਰੈਗੂਲਰ ਡਾਊਟ ਸੈਸ਼ਨਸ Google Meets ਦੇ ਥਰੂ ਤੁਹਾਡੇ ਡਾਊਟ ਸੈਸ਼ਨਸ ਲیتے ਜਾਂਦੇ ਆ ਤੁਸੀਂ ਉੱਥੇ ਆ ਕੇ ਡਾਊਟਸ ਵਗੈਰਾ ਪੁੱਛ ਸਕਦੇ ਹੋ ਵੀਡੀਓ ਲੈਕਚਰ ਐਂਡ ਨੋਟਸ ਨੋਟਸ ਤੁਸੀਂ ਡਾਊਨਲੋਡ ਕਰ ਸਕਦੇ ਹੋ ਵੀਡੀਓ ਲੈਕਚਰਸ ਤੇ ਅ ਵਿਖਣ ਲਈ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਤੁਸੀਂ ਅਨਲਿਮਿਟਿਡ ਟਾਈਮਸ ਦੇਖ ਸਕਦੇ ਹੋ ਆਪਣੀ ਕਨਵੀਨੀਅੰਸ ਤੇ ਜਦੋਂ ਮਰਜ਼ੀ ਦੇਖ ਸਕਦੇ ਹੋ ਬਟ ਡਾਟਾ ਤੁਹਾਨੂੰ ਲਾਈਕ ਯੂਜ਼ ਕਰਨਾ ਪਊਗਾ ਡਾਊਨਲੋਡ ਨਹੀਂ ਹੁੰਦੇ ਉਹ ਲੈਕਚਰਸ ਤੁਸੀਂ ਇੰਟਰਨੈਟ ਦਾ ਇਸਤੇਮਾਲ ਕਰਕੇ ਜਿੰਨੀ ਵਾਰੀ ਮਰਜ਼ੀ ਲੈਕਚਰਸ ਦੇਖ ਸਕਦੇ ਹੋ ਨੋਟਸ ਜਿਹੜੇ ਹੋਣਗੇ ਉਹ ਤੁਸੀਂ ਡਾਊਨਲੋਡ ਕਰਕੇ ਆਪਣੇ ਸਿਸਟਮ 'ਚ ਸੇਵ ਕਰ ਸਕਦੇ ਹੋ ਪ੍ਰਿੰਟ ਵਗੈਰਾ ਵੀ ਕਰਵਾ ਸਕਦੇ ਹੋ ਮੌਕ ਟੈਸਟ ਦੇ ਵਿਲ ਬੀ ਪਾਰਟ ਆਫ ਦੀ ਪੈਕੇਜ ਤੇ ਨੈਪ ਤਸੀਲਦਾਰ ਦਾ ਜਿਹੜਾ ਕੋਰਸ ਹੈ ਇਹ ਸਾਰੀਆਂ ਚੀਜ਼ਾਂ ਨੈਪ ਤਸੀਲਦਾਰ ਦੇ ਕੋਰਸ ਦੇ ਹਿਸਾਬ ਨਾਲ ਅਸੀਂ ਫਾਈਨ ਕਰਕੇ ਤੁਹਾਨੂੰ ਕਰਵਾਇਆ ਹੋਇਆ ਹੈ ਜੇ ਜਿਹੜੇ ਬੱਚੇ ਪ੍ਰਿੰਸੀਪਲੀ ਜਿਨ੍ਹਾਂ ਨੇ ਅਪਲਾਈ ਕੀਤਾ ਉਹਨਾਂ ਲਈ ਵੀ ਸਾਡੇ ਹਿਸਾਬ ਨਾਲ ਇਹ ਕੋਰਸ ਕਾਫੀ ਬੈਨੀਫੀਸ਼ੀਅਲ ਰਹੂਗਾ ਤਾਂ ਤੁਸੀਂ ਇਸ ਕੋਰਸ ਦਾ ਬੈਨੀਫਿਟ ਉਠਾ ਸਕਦੇ ਹੋ ਰਜਿਸਟਰ ਕਰਨ ਲਈ ਇਸ ਤੇ ਤੁਸੀਂ www.chetanbharat.com ਤੇ ਜਾਣਾ ਸਾਡੀ ਵੈਬਸਾਈਟ ਜਾਂ ਮੋਬਾਈਲ ਐਪਲੀਕੇਸ਼ਨ ਵੀ ਕਾਫੀ ਬੱਚਾਂ ਕੋਲੇ ਹੋਊਗੀ ਸਾਡੀ ਮੋਬਾਈਲ ਐਪਲੀਕੇਸ਼ਨ ਤੇ ਜਾ ਕੇ ਪੰਜਾਬ ਗਵਰਨਮੈਂਟ ਜੌਬਸ ਵਾਲੇ ਵਰਟੀਕਲ ਤੇ ਤੁਸੀਂ ਨਿਊ ਆਈਡੀ ਕ੍ਰੀਏਟ ਕਰ ਸਕਦੇ ਹੋ ਇਸ ਕੋਰਸ ਦੀ ਨੈਬ ਤਹਿਸੀਲਦਾਰ ਵਾਲੇ ਕੋਰਸ ਤੁਸੀਂ ਆਪਣੀ ਆਈਡੀ ਕ੍ਰੀਏਟ ਕਰ ਸਕਦੇ ਹੋ ਜੇ ਤੁਹਾਨੂੰ ਲੌਗਇਨ ਕਰਨ ਜਾਂ ਰਜਿਸਟਰ ਕਰਨ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ ਤਾਂ ਤੁਸੀਂ ਸਾਨੂੰ ਇਸ ਨੰਬਰ ਤੇ ਕਾਲ ਕਰ ਸਕਦੇ ਹੋ 9779091345 ता ये इंफॉर्मेशन मैं थोड़े न शेयर करनी सी आई होप दिस सेशन वॉज यूजफुल टू यू पीपल एंड आई विश यू ऑल द बेस्ट फॉर योर करियर तो इन केस ऑफ एनी डिफिकल्टी यू कैन कॉल अस ऑन दिस नंबर एंड इफ यू वॉन्ट टू एक्सेस द कोर्स यू कैन रजिस्टर बाय गोइंग ऑन आवर वेबसाइट डब्ल्यू 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 डॉट चेतन भारत डॉट कॉम सो दैट्स ऑल थैंक यू फ्रॉम माई साइड ऑल द बेस्ट